ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਡੇ ਯੂਟਿਊਬ ਚੈਨਲ ਅਤੇ ਫੇਸਬੁੱਕ 'ਤੇ ਸਵਾਗਤ ਹੈ। ਅੱਜ ਦੀ ਆਪਾਂ ਵੀਡੀਓ ਲੈ ਕੇ ਆਏ ਪਿਓਰ ਪਟਿਆਲਾ ਸ਼ਾਹੀ ਪੱਗ, ਜਿਹਨਾਂ ਤੋਂ 7.5 ਮੀਟਰ ਜਿਹੜਾ ਕੱਪੜਾ ਉਹ ਆਪਾਂ ਫੁੱਲ ਵੈਲ ਵਰਤੇ ਆ, ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਸਾਈਡ 'ਤੇ ਸੈਂਟਰ 'ਚੋਂ ਲਿਆ ਕੇ ਲੜ ਨੂੰ ਪੁਣੀ ਤੱਕ ਉਸ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਲੋਹੇ ਬੱਲੇ ਜਿਹੜੇ ਆਪਾਂ ਇਕੱਠੇ ਕਰਕੇ ਅਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ, ਫੋਲਡ ਕਰਕੇ ਅਤੇ ਆਪਾਂ ਲੜ ਨੂੰ ਮੋਟਾਈ 'ਚ ਕਰਕੇ ਅਤੇ ਅੱਧੀ ਗੱਲ ਢੱਕ ਕੇ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ। ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ, ਲੜ ਨੂੰ ਬੈਕ ਤੋਂ ਪਿੰਚ ਕਰਕੇ ਪੁਣੀ ਦਾ ਹੌਲਦਾਰ ਥੱਲੇ ਰੱਖ ਕੇ ਬੰਦ ਪਾਸੇ ਉੱਤੇ ਰੱਖ ਕੇ ਦੋਹੇ ਬੱਲਿਆਂ ਵਿੱਚ ਜਿਹੜੇ ਪਹਿਲੇ ਬੱਲੇ ਨੂੰ ਥੋੜ੍ਹਾ ਜ਼ਿਆਦਾ ਹੋਲ ਕੇ ਦੂਜੇ ਬੱਲੇ ਨੂੰ ਆਪਾਂ ਮਿਠਾਈ ਵਾਲੇ ਪਾਸੇ ਨਾਲ ਜੋੜ ਕੇ ਅਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ, ਫੋਲਡ ਕਰਕੇ ਅਤੇ ਉੱਤੋਂ ਦੱਬ ਕੇ ਜਿਹੜਾ ਲੜ ਨੂੰ ਫਿਰ ਡਬਲ ਫੋਲਡ ਕਰਕੇ ਅਤੇ ਉੱਤੋਂ ਲੜ ਨੂੰ ਸੈੱਟ ਕਰਕੇ ਅਤੇ ਉਹਦਾ ਫਾਸਲਾ ਜਿਹੜਾ ਆਪਾਂ ਲੜ ਦਾ ਫਾਸਲਾ ਜਿਹੜਾ ਸੈੱਟ ਕਰਕੇ ਨਾਲ ਦੇ ਨਾਲ ਵਾਏ ਫੇਰ ਕੇ ਉਹਦੀ ਸਫਾਈ ਕਰਕੇ ਅਤੇ ਲੜ ਦਾ ਫਾਸਲਾ ਜਿਹੜਾ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ। ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ, ਲੜ ਨੂੰ ਬੈਕ ਤੋਂ ਪਿੰਚ ਕਰਕੇ ਪੁਣੀ ਦਾ ਹੌਲਦਾਰ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਆਪਾਂ ਦੋ ਜਾਂ ਇੱਕ ਉਂਗਲ ਦੋ ਉਂਗਲਾਂ ਜਿਹੜੀ ਉਹਦਾ ਫਾਸਲਾ ਰੱਖ ਕੇ ਜਿਹੜਾ ਲੜ ਨੂੰ ਇੱਕ ਵਾਰ ਫੋਲਡ ਕਰਨਾ ਹੈ ਅਤੇ ਪਹਿਲੇ ਬੱਲੇ ਨੂੰ ਆਪਾਂ ਜਿਹੜਾ ਜ਼ਿਆਦਾ ਖੋਲਾਂਗੇ, ਦੂਜੇ ਬੱਲੇ ਨੂੰ ਆਪਾਂ ਜਿਹੜਾ ਮੋਟਾਈ ਵਾਲੇ ਪਾਸੇ ਨਾਲ ਜੋੜਨਾ ਹੈ ਅਤੇ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਉੱਤੋਂ ਸੈੱਟ ਕਰਕੇ ਅਤੇ ਉੱਤੋਂ ਦੱਬ ਕੇ ਜਿਹੜਾ ਲੜ ਦਾ ਜਿਹਦੇ ਨਾਲ ਤੁਸੀਂ ਦੂਜੇ ਲੜ ਦਾ ਫਾਸਲਾ ਰੱਖਿਆ ਉਹਨਾਂ ਹੀ ਤੀਜੇ ਲੜ ਦਾ ਫਾਸਲਾ ਰੱਖ ਕੇ ਅਤੇ ਨਾਲ ਦੀ ਨਾਲ ਵਾਏ ਫੇਰ ਕੇ ਉਹਦੀ ਮੋਟਾਈ ਜਿਹੜੀ ਆਪਾਂ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਅਤੇ ਪ੍ਰੈਸ ਕਰਕੇ ਅਤੇ ਨਾਲ ਦੀ ਨਾਲ ਜਿੱਥੋਂ ਕਿਤੋਂ ਪੇਜ ਦੀ ਜ਼ਿਆਦਾ ਮਿਠਾਈ ਹੁੰਦੀ ਉੱਥੇ ਆਪਾਂ ਹੱਥ ਫੇਰ ਕੇ ਜਿਹੜੀ ਪੇਜ ਦੀ ਮਿਠਾਈ ਸੈੱਟ ਕਰਕੇ ਜਿਹੜਾ ਲੜ ਨੂੰ ਸਾਹ ਕਰਕੇ ਪ੍ਰੈਸ ਕਰਕੇ ਲਗਾ ਦੇਣਾ ਹੈ ਅਤੇ ਉੱਤੋਂ ਵੀ ਜਿਹੜਾ ਲੜ ਹੈ ਉਸ ਆਪਾਂ ਸੈੱਟ ਕਰ ਲੈਣਾ ਹੈ। ਜਿਵੇਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ, ਤੁਸੀਂ ਉੱਤੇ ਲੜਾਈ ਸਾੜੀ ਗੱਲ ਜਿਹੜਾ ਟੋਲ ਸ਼ੀਸ਼ਾ ਆਪਣਾ ਵਰਤ ਸਕਦੇ ਹੋ। ਅਤੇ ਹੁਣ ਜਿਹੜੇ ਆਪਾਂ ਲੜ ਲਏ ਨੇ ਉਹਨਾਂ ਵਿੱਚ ਜਿਹੜਾ ਆਪਾਂ ਵਾਏ ਫੇਰਨਾ ਹੈ ਅਤੇ ਉੱਤੋਂ ਵੀ ਜਿਹੜੇ ਆਪਾਂ ਲੜਨੇ ਉਹ ਸੈੱਟ ਕਰਨੇ ਹਨ ਅਤੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ, ਲੜ ਨੂੰ ਬੈਕ ਤੋਂ ਪਿੰਚ ਕਰਕੇ ਪੁਣੀ ਦਾ ਹੌਲਦਾਰ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਹੀ ਪੱਲਿਆਂ ਵਿੱਚ ਜਿਹੜੇ ਆਪਾਂ ਪਹਿਲੇ ਪੱਲੇ ਨੂੰ ਜ਼ਿਆਦਾ ਖੋਲ ਕੇ ਦੂਜੇ ਪੱਲੇ ਨੂੰ ਆਪਾਂ ਮਿਠਾਈ ਵਾਲੇ ਪਾਸੇ ਨਾਲ ਜੋੜ ਲੈਣਾ, ਮਿਠਾਈ ਵਾਲੇ ਪਾਸੇ ਨਾਲ ਜੋੜ ਕੇ ਅਤੇ ਉੱਤੋਂ ਜਿਹੜਾ ਲੜ ਦਾ ਫਾਸਲਾ ਜਿਹੜਾ ਸੈੱਟ ਕਰਕੇ ਅਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ, ਫੋਲਡ ਕਰਕੇ ਉੱਤੋਂ ਜਿਹੜਾ ਲੜ ਨੂੰ ਦੱਬ ਲੈਣਾ ਹੈ, ਦੱਬ ਕੇ ਡਬਲ ਫੋਲਡ ਕਰਕੇ ਜੇ ਸਾਫ਼ ਕਰਕੇ ਜਿੰਨੀ ਤੁਸੀਂ ਉਹਦੀ ਨੋਕ 'ਤੇ ਚੜ੍ਹਾਈ ਰੱਖੀ ਹੈ ਤੁਸੀਂ ਉਹਦੀ ਉਨੀ ਗਾਹ ਜਾ ਕੇ ਚੜ੍ਹਾਈ ਵਧਾ ਲੈਣੀ ਹੈ ਤਾਂ ਜਿਹੜਾ ਉਸ ਵਿੱਚ ਕੋਈ ਡੁੰਗ ਨਾ ਪਵੇ ਅਤੇ ਫਿਰ ਚੰਗੀ ਤਰ੍ਹਾਂ ਪ੍ਰੈਸ ਕਰਕੇ ਅਤੇ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਅਤੇ ਨਾਲ ਦੀ ਨਾਲ ਜਿਹੜਾ ਆਪਾਂ ਵਾਜ ਫੇਰ ਕੇ ਉਹਦੀ ਸਫਾਈ ਕਰ ਲੈਣੀ ਹੈ ਅਤੇ ਉਹਦਾ ਫਾਸਲਾ ਜਿਹੜਾ ਉਹ ਵੀ ਆਪਾਂ ਸੈੱਟ ਕਰ ਲੈਣਾ ਹੈ ਅਤੇ ਜਿੱਥੇ ਕਿਤੇ ਵਾਲ ਹੋਣਗੇ ਉੱਥੇ ਆਪਾਂ ਵਾਜ ਫੇਰ ਕੇ ਜਿਹੜੇ ਆਪਣੇ ਵਾਲ ਨੂੰ ਕੱਢਣੇ ਹਨ। ਜੇ ਕੋਈ ਲੜ ਜ਼ਿਆਦਾ ਮਿਠਾਈ 'ਚ ਆ ਜਾਂਦਾ ਹੈ ਤਾਂ ਆਪਾਂ ਉਹਦੇ ਉੱਤੇ ਵਾਜ ਫੇਰ ਕੇ ਜਿਹੜੀ ਆਪਾਂ ਉਹਦੀ ਮਿਠਾਈ ਬਾਕੀ ਲੜਾਂ ਦੇ ਬਰਾਬਰ ਕਰ ਸਕਦੇ ਹਾਂ ਅਤੇ ਆਪਣੀ ਨੋਕ ਵੀ ਸੈੱਟ ਕਰ ਲੈਣੀ ਅਤੇ ਉੱਤਲੇ ਲੜਾਂ ਦੀ ਵੀ ਜਿਹੜੀ ਆਪਾਂ ਉਹ ਸੈਟਿੰਗ ਕਰ ਲੈਣੀ ਹੈ। ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖ ਰਹੇ ਹੋ, ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ, ਲੜ ਨੂੰ ਬੈਕ ਤੋਂ ਪਿੰਚ ਕਰਕੇ ਪੁਣੀ ਦੌਲ ਦਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਪਹਿਲੇ ਪੱਲੇ ਨੂੰ ਆਪਾਂ ਜਿਹੜਾ ਜ਼ਿਆਦਾ ਖੋਲ੍ਹ ਕੇ ਦੂਜੇ ਪੱਲੇ ਨੂੰ ਆਪਾਂ ਮਿਠਾਈ ਵਾਲੇ ਪਾਸੇ ਨਾਲ ਜੋੜ ਲੈਣਾ ਹੈ, ਮਿਠਾਈ ਵਾਲੇ ਪਾਸੇ ਨਾਲ ਜੋੜ ਕੇ ਅਤੇ ਉੱਤੋਂ ਜਿਹੜਾ ਲੜ ਨੂੰ ਸੈੱਟ ਕਰ ਲੈਣਾ ਹੈ ਅਤੇ ਉਹਦਾ ਉੱਤੋਂ ਲੜ ਦਾ ਵੀ ਫਾਸਲਾ ਜਿਹੜਾ ਸੈੱਟ ਕਰਕੇ ਜਿਹੜਾ ਲੜ ਨੂੰ ਉੱਤੋਂ ਅਤੇ ਥੱਲੇ ਦੋਹੀ ਜਗ੍ਹਾ ਤੋਂ ਜਿਹੜਾ ਮੋੜ ਕੇ ਜਿਹੜਾ ਲੜ ਨੂੰ ਉੱਤੋਂ ਵੀ ਦੱਬ ਲੈਣਾ, ਥੱਲੇ ਮੋੜ ਕੇ ਜਿਹੜਾ ਲੜ ਨੂੰ ਅਤੇ ਆਪਣੀ ਸ਼ੇਪ ਸੈੱਟ ਕਰਕੇ ਅਤੇ ਉਹਦਾ ਫਾਸਲਾ ਜਿਹੜਾ ਆਪਾਂ ਸੈੱਟ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ। ਜਿਹੜੇ ਵੀ ਸਾਡੇ ਯੂਟਿਊਬ ਚੈਨਲ ਉੱਤੇ ਨਵੇਂ ਹਨ ਉਹ ਸਾਡੇ ਯੂਟਿਊਬ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਜਿਹੜੇ ਵੀ ਸਾਡੇ ਫੇਸਬੁੱਕ ਪੇਜ ਤੋਂ ਨਵੇਂ ਹਨ ਉਹ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਿਓ ਅਤੇ ਆਪਾਂ 9 ਤੋਂ ਲੈ ਕੇ ਪਿੱਛੇ ਤੱਕ ਜਿਹੜੇ ਲੜ ਲਾਉਣੇ ਆ ਉਹਨਾਂ ਵਿੱਚ ਜਿਹੜਾ ਆਪਾਂ ਬਾਜ ਫੇਰ ਲੈਣਾ ਅਤੇ ਪੂਰੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ। ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜਿਹੜੇ ਵੀਰਾਂ ਨੂੰ ਪਿਓਰ ਪਟਿਆਲਾ ਸ਼ਾਹੀ ਪੱਗ ਬੰਨਣ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਸੇ ਵੇਲੇ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਦਾ ਸਲਿਊਸ਼ਨ ਕਰ ਲੈਣ।
ਅਤੇ ਹੁਣ ਜਿਹੜੇ ਆਪਾਂ ਲੜ ਲੈਂਦੇ ਉਹਨਾਂ ਵੀ ਜਿਹੜਾ ਆਪਾਂ ਬਾਏ ਫੇਰਨਾ ਹੈ, ਅਤੇ ਜਿੱਥੇ ਕਿਤੇ ਵਾਲ ਹੋਣਗੇ ਉੱਥੇ ਆਪਾਂ ਬਾਏ ਫੇਰ ਕੇ ਜਿਹੜਾ ਆਪਣੇ ਵਾਲ ਨੇ ਉਹ ਕੱਟ ਲੈਣੇ ਹਨ, ਅਤੇ ਆਪਣੀ ਨੋਕ ਵੀ ਜਿਹੜੀ ਉਹ ਸੈੱਟ ਕਰ ਲੈਣੀ ਹੈ, ਅਤੇ ਉੱਤਲੇ ਲੜਾਈ 'ਚ ਵੀ ਜਿਹੜਾ ਹਲਕਾ ਹਲਕਾ ਆਪਾਂ ਬਾਏ ਫੇਰ ਲੈਣਾ, ਅਤੇ ਉਹਨਾਂ ਦਾ ਵੀ ਫਾਸਲਾ ਜਿਹੜਾ ਆਪਾਂ ਸੈੱਟ ਕਰ ਲੈਣਾ, ਅਤੇ ਨੋਕ ਤੋਂ ਜੇ ਜ਼ਿਆਦਾ ਪੱਗ ਨਿਕਲੀ ਹੋਵੇਗੀ ਤਾਂ ਆਪਾਂ ਉੱਥੇ ਦਾਬ ਦੇ ਜਿਹੜੇ ਆਪਣੀ ਪੱਗ ਸੈਟ ਪੱਗ ਦੀ ਸੈਟਿੰਗ ਕਰਾਂਗੇ, ਅਤੇ ਨਾਲ ਦੀ ਨਾਲ ਜਿਹੜੀ ਆਪਾਂ ਬਾਕੀ ਪੱਗ ਦੀ ਸੈਟਿੰਗ ਕਰੀ ਜਾਣੀ ਹੈ, ਅਤੇ ਉੱਤਲੇ ਲੜਾਂ ਦਾ ਸੈਟਿੰਗ ਉੱਤਲੇ ਲੜਾਂ ਦੀ ਸੈਟਿੰਗ ਅਤੇ ਥੱਲੇ ਲੜਾਂ ਦੀ ਸਫਾਈ ਜਿਹੜੀ ਆਪਾਂ ਪੂਰੀ ਚੰਗੀ ਤਰ੍ਹਾਂ ਕਰ ਲੈਣੀ ਹੈ, ਅਤੇ ਜਿਹੜਾ ਆਪਾਂ ਅਗਲਾ ਲੜ ਲਾਉਣਾ ਛੇਵਾਂ ਲੜ ਜਿਹੜਾ ਆਪਾਂ ਲੜਨ ਨੂੰ ਬੈਗ ਤੋਂ ਪਿੰਚ ਕਰ ਲੈਣਾ, ਅਤੇ ਉੱਤੋਂ ਜਿਹੜਾ ਲੜ ਦਾ ਫਾਸਲਾ ਉਹ ਸੈੱਟ ਕਰਕੇ ਲਿਆ ਕੇ ਅਤੇ ਆਪਣੀ ਪੂਣੀ ਜਿਹੜੀ ਸੈੱਟ ਕਰ ਲੈਣੀ ਹੈ, ਅਤੇ ਦੋਵੇਂ ਪੱਲਿਆਂ ਵਿੱਚ ਜਿਹੜੇ ਆਪਾਂ ਪਹਿਲੇ ਪੱਲੇ ਨੂੰ ਜ਼ਿਆਦਾ ਖੋਲ੍ਹ ਕੇ ਦੂਜੇ ਪੱਲੇ ਮੁਟਾਈ ਵਾਲੇ ਪਾਸੇ ਨਾਲ ਜੋੜ ਕੇ ਅੱਖ ਤੱਕ ਜਿਹੜਾ ਲੜ ਨੂੰ ਖੋਲ੍ਹ ਲੈਣਾ, ਚੌਥਾ ਅਤੇ ਪੰਜਵਾਂ ਅਤੇ ਛੇਵਾਂ ਲੜ ਜਿਹੜਾ ਆਪਾਂ ਅੱਖ ਦਾ ਖੋਲ੍ਹਣਾ, ਤਾਂ ਜਿਹੜਾ ਆਪਾਂ ਕਲਗੀ ਲੜ ਲਈ ਜੇ ਉਸ ਵਿੱਚ ਕੋਈ ਡੁੰਗ ਪੈ ਜਾਂਦਾ ਤਾਂ ਜਿਹੜੇ ਆਪਣੇ ਅੱਖ ਦਾ ਲੜ ਖੋਲ੍ਹੇ ਹੁੰਦੇ ਆ ਉਹ ਜਿਹੜਾ ਡੁੰਗ ਨੂੰ ਕਵਰ ਕਰ ਲੈਂਦੇ ਹਨ, ਅਤੇ ਆਪਾਂ ਨੱਕ ਦੀ ਵੀ ਜਿਹੜਾ ਲੜ ਨੂੰ ਫੋਲਡ ਕਰ ਦੇਣਾ ਹੈ, ਜਿੰਨੀ ਤੁਸੀਂ ਉਹਦੀ ਕੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉੰਨੀ ਉਹਦੀ ਕੜਾਈ ਰੱਖ ਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਅਤੇ ਆਪਣਾ ਪ੍ਰੈਸ ਕਰਕੇ ਅਤੇ ਉਹਦੀ ਮੋਟਾਈ ਜਿਹੜੀ ਆਪਾਂ ਸੈੱਟ ਕਰਕੇ ਅਤੇ ਆਪਣੀ ਸ਼ੇਪ ਸੈੱਟ ਕਰਕੇ ਜਿਹੜਾ ਲੜ ਨੂੰ ਅਤੇ ਉੱਤੋਂ ਜਿਹੜਾ ਲੜ ਨੂੰ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ। ਜੇ ਵੀਡੀਓ ਪਸੰਦ ਰਹੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਜਿਹੜੇ ਵੀ ਸਾਡੇ ਫੇਸਬੁੱਕ ਪੇਜ 'ਤੇ ਨਵੇਂ ਹਨ ਉਹ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਿਓ, ਅਤੇ ਉਸ ਵਿੱਚ ਜੇ ਕੋਈ ਛੇਵੇਂ ਲੜ ਵਿੱਚ ਡੁੰਗ ਪੈਂਦਾ ਤਾਂ ਜਿਹੜੀ ਆਪਣੀ ਮੋਟਾਈ ਉੱਤਲੀ ਸਾਈਡ ਆ ਉਹਦੇ ਵਿੱਚ ਜਿਹੜੀ ਮੋਟਾਈ ਹੁੰਦੀ ਆ ਉਹ ਆਪਾਂ ਸੈੱਟ ਕਰਕੇ ਅਤੇ ਆਪਣੀ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਅਤੇ ਪ੍ਰੈਸ ਕਰਕੇ ਅਤੇ ਥੋੜ੍ਹੀ ਨੋਕ ਦੱਬ ਕੇ ਆਪਾਂ ਜਿਹੜਾ ਲੜ ਨੂੰ ਉਹਦਾ ਫਾਸਲਾ ਜਿਹੜਾ ਘੱਟ ਕਰਕੇ ਲਗਾਵਾਂਗੇ ਤਾਂ ਜਿਹੜਾ ਆਪਾਂ ਵਾਏ ਫੇਰੀਏ, ਅਤੇ ਫਿਰ ਜੇ ਆਪਾਂ ਜੇ ਲੜ ਦਾ ਫਾਸਲਾ ਵੱਧ ਕਰਕੇ ਲਗਾ ਲੈਂਦੇ ਹਾਂ ਤਾਂ ਫਿਰ ਜਿਹੜਾ ਲੜ ਨੂੰ ਦੁਬਾਰਾ ਲਾਉਣਾ ਪੈਂਦਾ, ਅਤੇ ਫਿਰ ਆਪਾਂ ਜਿਹੜਾ ਲੜ ਨੂੰ ਘੱਟ ਫਾਸਲਾ ਲੱਗ ਕੇ ਜਿਹੜਾ ਲੜ ਨੂੰ ਲਗਾਵਾਂਗੇ, ਅਤੇ ਫਿਰ ਜੇ ਬਾਜ ਫੇਰ ਲਿਆ ਤਾਂ ਆਪਾਂ ਉਸ ਵਿੱਚ ਜਿਹੜੀ ਉਹਦੀ ਜਿਹੜਾ ਉਹਦਾ ਫਾਸਲਾ ਜਿਹੜਾ ਉਹ ਆਪਾਂ ਸੈੱਟ ਕਰ ਲੈਣਾ, ਅਤੇ ਆਪਾਂ ਬਾਕੀ ਪੱਗ ਦੀ ਵੀਡੀਓ ਆਪਾਂ ਉਹ ਸੈਟਿੰਗ ਕਰ ਲੈਣੀ ਹੈ। ਪਿੱਛੇ ਤੱਕ ਜਿਹੜਾ ਆਪਾਂ ਬਾਜ ਫੇਰਨਾ, ਜਿਹੜਾ ਆਪਾਂ ਬਾਜ ਫੇਰਨਾ ਪੂਰੀ ਗੁਲਾਈ ਵਿੱਚ ਅਤੇ ਥੋੜ੍ਹੀ ਚਿਹੜੇ 'ਚ ਰੱਖ ਕੇ ਫੇਰਨਾ ਹੈ, ਅਤੇ ਆਪਣੀ ਸ਼ੇਪ ਢਾਲ ਕੇ ਜਿਹੜਾ ਆਪਾਂ ਲੜ ਨੂੰ ਪ੍ਰੈਸ ਕਰਕੇ ਅਤੇ ਸਾਫ਼ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ, ਅਤੇ ਉੱਤਲੇ ਲੜਾਂ ਦੀ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਹੈ, ਅਤੇ ਆਪਣੀ ਜਿਹੜੀ ਸ਼ੇਪ ਉਹ ਵੀ ਆਪਾਂ ਉਹ ਸੈੱਟ ਕਰ ਲੈਣੀ ਹੈ, ਅਤੇ ਜਿੱਥੇ ਕਿਤੇ ਵਲ ਹੋਣਗੇ ਉੱਥੇ ਆਪਾਂ ਜਿਹੜਾ ਬਾਜ ਫੇਰ ਕੇ ਆਪਣੇ ਵਲ ਨੇ ਉਹ ਕੱਢ ਲੈਣੇ ਹਨ, ਅਤੇ ਜੇ ਕੋਈ ਲੜ ਜ਼ਿਆਦਾ ਮੋਟਾਈ 'ਚ ਹੋਵੇਗਾ ਉਹਦੇ ਉੱਤੇ ਆਪਾਂ ਜਿਹੜਾ ਬਾਏ ਨਾਲ ਪ੍ਰੈਸ ਕਰਕੇ ਉਸ ਲੜ ਦੀ ਜਿਹੜੀ ਆਪਾਂ ਮੋਟਾਈ ਉਹ ਬਾਕੀ ਲੜਾਂ ਦੇ ਬਰਾਬਰ ਖਾ ਲੈਣੀ ਹੈ। ਆਪਾਂ ਜਿਹੜੇ ਪੱਗ ਨੂੰ ਥੋੜ੍ਹੀ ਗੁਲਾਈ 'ਚ ਦੇਣ ਲਈ ਜਿਹੜਾ ਆਪਾਂ ਥੱਲੇ ਇੱਕ ਕੇਸਕੀ ਬੰਨ੍ਹੀ ਹੈ, ਅਤੇ ਆਪਾਂ ਬਾਕੀ ਪੱਗ ਦੀ ਸੈਟਿੰਗ ਕਰ ਲੈਣੀ ਹੈ, ਆਪਣੀ ਨੋਕ ਆ ਜਿਹੜੀ ਉਹ ਵੀ ਸੈੱਟ ਕਰ ਲੈਣੀ ਹੈ ਜੀ, ਜਿੱਥੇ ਕਿਤੋਂ ਪੱਗ ਜ਼ਿਆਦਾ ਨਿਕਲਦੀ ਹੋਵੇ ਉੱਥੇ ਆਪਾਂ ਜਿਹੜਾ ਦਾਬ ਦੇ ਕੇ ਜਿਹੜੀ ਆਪਾਂ ਪੱਗ ਉਹ ਸੈੱਟ ਕਰਨੀ ਹੈ, ਅਤੇ ਬਾਕੀ ਲੜਾਂ ਦੀ ਵੀ ਜਿਹੜੀ ਸੈਟਿੰਗ ਕਰ ਲੈਣੀ ਹੈ, ਅਤੇ ਹੋਰ ਆਪਣੀ ਬਾਕੀ ਪੱਗ ਦੀ ਵੀ ਜਿਹੜੀ ਹੈ ਸੈਟਿੰਗ ਕਰ ਲੈਣੀ, ਤੁਸੀਂ ਉੱਤਲੇ ਲੜਾਂ ਦੀ ਸੈਟਿੰਗ ਕਰ ਲਈ ਡਬਲ ਸ਼ੀਸ਼ਾ ਜਿਹੜਾ ਆਪਣਾ ਵੱਧ ਸਕਦੇ ਹੋ, ਅਤੇ ਜਿਹੜੇ ਆਪਣੇ ਫਰੰਟ ਦੇ ਬੈਕ ਦੇ ਲੜ ਹੁੰਦੇ ਆ ਉੱਥੋਂ ਵੀ ਜਿਹੜੇ ਵਾਲ ਕੱਢਣ ਲਈ ਤੁਸੀਂ ਡਬਲ ਸ਼ੀਸ਼ਾ ਜਿਹੜਾ ਆਪਣਾ ਵੱਧ ਸਕਦੇ ਹੋ, ਅਤੇ ਬਾਕੀ ਪੱਗ ਦੀ ਸੈਟਿੰਗ ਕਰਕੇ ਜੇ ਕੋਈ ਲੜ ਜ਼ਿਆਦਾ ਪਤਲਾ ਜਾਂਦਾ ਤਾਂ ਆਪਾਂ ਉਸਨੂੰ ਬੜਾ ਥੱਲੇ ਖਿੱਚ ਕੇ ਅਤੇ ਉਸ ਵਿੱਚ ਜਿਹੜਾ ਬਾਜ ਫੇਰ ਕੇ ਉਹਦੀ ਜਿਹੜੀ ਬਾਕੀ ਲੜਾਂ ਦੀ ਬਰਾਬਰ ਮੋਟਾਈ ਕਰਕੇ ਜਿਹੜੀ ਆਪਾਂ ਬਾਕੀ ਹੋਰ ਬਾਕੀ ਪੱਗ ਦੀ ਸੈਟਿੰਗ ਕਰਕੇ ਅਤੇ ਉਸ ਲੜ ਵਿੱਚ ਬਾਜ ਫੇਰ ਕੇ ਅਤੇ ਹੋਰ ਵੀ ਜਿਹੜੀ ਆਪਣੀ ਕਿਤੇ ਵਾਲ ਹੋਣਗੇ ਉੱਥੇ ਵੀ ਆਪਾਂ ਜਿਹੜਾ ਬਾਜ ਫੇਰ ਕੇ ਆਪਣੀ ਸਫਾਈ ਕਰ ਲੈਣੀ ਹੈ।
ਜਿਹੜਾ ਆਪਾਂ ਪੱਗ ਪਿੰਨ ਲਗਾਉਣਾ ਨੱਕ ਦੇ ਵਿੱਚ, ਜਿਹੜਾ ਪੱਗ ਪਿੰਨ ਜਿੱਥੇ ਆਪਾਂ ਸੇਵਾ ਲੜ ਨੱਕ ਦੇ ਸੇਵੇ 'ਚ ਫੋਲਡ ਕਰੀਏ, ਉੱਥੋਂ ਥੋੜ੍ਹਾ ਜਿਹਾ ਆਪਾਂ ਗਾਹਾਂ ਕਰਕੇ ਜਿਹੜਾ ਪੱਗ ਪਿੰਨ ਲਗਾਉਣਾ ਹੈ, ਜਿਹੜਾ ਆਪਾਂ ਕਲਗੀ ਲੜ ਲਗਾਉਣਾ ਹੈ ਉੱਤੋਂ ਉੱਤੋਂ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ, ਅਤੇ ਉੱਤੋਂ ਜਿਹੜਾ ਅੱਧਾ ਉੱਤੋਂ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ, ਅਤੇ ਚੰਗੀ ਤਰ੍ਹਾਂ ਬੈਕ ਤੋਂ ਚੜ੍ਹਾਈ 'ਚੋਂ ਲਿਆ ਕੇ ਲੜ ਨੂੰ ਮੂਹਰੇ ਲਿਆ ਕੇ ਜਿਹੜੀ ਆਪਾਂ ਦੀ ਚੜ੍ਹਾਈ ਘਟਾ ਦੇਣੀ ਹੈ, ਅਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਉਹ ਵੀ ਲੜ ਸਾਫ਼ ਕਰਕੇ, ਅਤੇ ਉਹਦੀ ਇੱਕ ਟਾਈਪ ਦੀ ਪੂਣੀ ਬਣਾ ਕੇ ਅੱਧਾ 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 ਫੋਲਡ ਕਰਕੇ ਜਿਹੜੀ ਆਪਾਂ ਉਹਦੀ ਇੱਕ ਟਾਈਪ ਦੀ ਪੂਣੀ ਬਣਾ ਕੇ ਜਿਹੜਾ ਲੜ ਨੂੰ ਲਗਾਉਣਾ ਹੈ। ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖ ਰਹੇ ਹੋ, ਅਤੇ ਹੋਰ ਹੋਰ ਵੀ ਜਿਹੜੀ ਆਪਾਂ ਬਾਕੀ ਪੱਗ ਦੀ ਵੀ ਸੈਟਿੰਗ ਉਹ ਕਰ ਲੈਣੀ ਹੈ, ਨੱਕ ਦੀ ਸੀਧ ਵੀ ਜਿਹੜੀ ਆਪਾਂ ਉਹ ਸੈੱਟ ਕਰ ਲੈਣੀ ਹੈ। ਜਿਵੇਂ ਤੁਹਾਨੂੰ ਦੱਸਿਆ ਵੀ ਜਿਹੜਾ ਆਪਾਂ ਕਲਗੀ ਲੜ ਲਾਉਣਾ ਅੱਧਾ ਉੱਤੋਂ ਅੱਧਾ ਥੱਲੇ ਫੋਲਡ ਕਰਕੇ, ਅਤੇ ਆਪਾਂ ਜਿਹੜੀ ਇੱਕ ਟਾਈਪ ਦੀ ਬੁਣੀ ਬਣਾ ਕੇ ਜਿਹੜੇ ਲੜ ਨੂੰ ਬੈਕ ਤੋਂ ਚੜ੍ਹਾਈ 'ਚੋਂ ਲਿਆ ਕੇ ਮੂਹਰੇ ਲਿਆ ਕੇ ਜਿਹੜੀ ਆਪਾਂ ਦੀ ਚੜ੍ਹਾਈ ਘਟਾ ਦੇਣੀ ਹੈ, ਅਤੇ ਚੰਗੀ ਤਰ੍ਹਾਂ ਦੋਵੇਂ ਪੱਲਿਆਂ ਜਿਹੜੇ ਹੋਣਗੇ ਉਹ ਇਕੱਠੇ ਕਰ ਲੈਣੇ, ਇਕੱਠੇ ਕਰਕੇ ਅਤੇ ਇੱਕ ਆਪਾਂ ਜਿੱਥੇ ਲੜ ਮੋੜ ਕਰਨਾ ਉੱਥੋਂ ਜਿਹੜਾ ਲੜ ਨੂੰ ਫੜਨਾ ਹੈ ਫੜ ਕੇ, ਅਤੇ ਪਹਿਲਾਂ ਥੱਲੇ ਫੋਲਡ ਕਰਾਂਗੇ ਥੋੜ੍ਹਾ ਜਿਹਾ, ਤਾਂ ਜਿਹੜੇ ਉਸ ਵਿੱਚ ਜਿਹੜੇ ਥੱਲੇ ਵਾਲ ਹੋਣਗੇ ਉਹ ਥੱਲੇ ਨਿਕਲ ਜਾਣ, ਅਤੇ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਉੱਤੋਂ ਥੋੜ੍ਹਾ ਜਿਹਾ ਫੋਲਡ ਕਰਕੇ ਜਿਹੜਾ ਲੜ ਨੂੰ ਪੱਗ ਪੈਂਦੇ ਥੱਲੇ ਰੱਖ ਕੇ, ਅਤੇ ਪੱਗ ਪੈਂਦੇ ਥੱਲੇ ਰੱਖ ਕੇ ਫਰੰਟ ਵੱਲ ਨੂੰ ਮੋੜ ਦੇਣਾ ਹੈ, ਅਤੇ ਜਿੰਨੀ ਤੁਸੀਂ ਉਹਦੀ ਚੜ੍ਹਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਹਦੀ ਚੜ੍ਹਾਈ ਰੱਖ ਕੇ, ਅਤੇ ਉਸ ਵਿੱਚ ਜਿਹੜੇ ਆਪਣੇ ਬਾਲ ਨੇ ਜਿੰਨੇ ਪੈਂਦੇ ਹੋਣਗੇ ਉਹ ਆਪਾਂ ਬਾਲ ਨੇ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਦੱਬ ਦੇਣਾ ਹੈ। ਜਿਹੜੇ ਆਪਾਂ ਪੰਜਵੇਂ ਛੇਵੇਂ 'ਤੇ ਲੜ ਲਾਇਆ, ਜਿਹੜੀ ਆਪਣੀ ਬੇਸ ਦੇ ਵਿਚਾਲੇ ਸਪੇਸ ਹੁੰਦੀ ਆ, ਉਹਦੇ ਇੱਕ ਵਾਰ ਜਿਹੜਾ ਦੱਬ ਕੇ ਲੜ ਨੂੰ ਫਿਰ ਗਾਹਾਂ ਜਾ ਕੇ ਜਿਹੜਾ ਲੜ ਨੂੰ ਫੈਲਾ ਦੇਣਾ ਹੈ। ਜੇ ਤੁਹਾਡਾ ਲੜ ਉੱਤੋਂ ਖਿਸਕ ਜਾਂਦਾ ਤੁਸੀਂ ਇੱਕ ਜਾਂ ਦੋ ਜਾਂ ਤਿੰਨ ਪੱਗ ਮੈਂ ਲਗਾ ਸਕਦੇ ਹੋ, ਤਾਂ ਜਿਹੜਾ ਤੁਹਾਡਾ ਲੜ ਉਹ ਉੱਤੇ ਟਿਕਿਆ ਰਹੇ। ਅਤੇ ਹੁਣ ਆਪਾਂ ਜਿਹੜੇ ਲੜ ਲਾ ਲਿਆ ਹੈ, ਲੜ ਲਾ ਕੇ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਬਾਹਰ ਨਾਲ ਕੱਢ ਕੇ, ਅਤੇ ਆਪਾਂ ਲੜ ਨੂੰ ਬਾਹਰ ਨਾਲ ਪ੍ਰੈਸ ਕਰ ਲੈਣਾ, ਅਤੇ ਜਿੱਥੇ ਉਸ ਲੜ ਵਿੱਚ ਵਾਲ ਲੈਂਦੇ ਤਾਂ ਆਪਾਂ ਹਲਕਾ ਜਿਹਾ ਅੱਖ ਲਵੋ ਜਿਹੜਾ ਲੜ ਨੂੰ ਹੋਲਡ ਕਰਨਾ ਹੈ, ਅਤੇ ਆਪਾਂ ਬਾਕੀ ਪੱਗ ਦੀ ਵੀਡੀਓ ਸੈਟਿੰਗ ਕਰ ਲੈਣੀ ਹੈ। ਅਤੇ ਜਿਹੜਾ ਆਪਾਂ ਸਿਰ ਢੱਕਣਾ, ਜਿਹੜਾ ਆਪਾਂ ਪਹਿਲਾਂ ਲਾਈਸੈਂਸ ਦੇ ਸੈਂਟਰ 'ਚ ਉਹਨੂੰ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਚਾਰੇ ਪਾਸਿਓਂ ਲੜ ਨੂੰ ਫੈਲਾ ਦੇਣਾ ਹੈ। ਫੈਲਾ ਕੇ ਇੱਕ ਵਾਰ ਖਿੱਚਾਂਗੇ ਤਾਂ ਜਿਹੜਾ ਆਪਣਾ ਸਿਰ ਕਵਰ ਹੋ ਸਕੇ, ਜਿਹੜਾ ਆਪਾਂ ਸਿਰ ਢੱਕਣਾ ਉਹ ਡਬਲ ਫੋਲਡ ਕਰਕੇ ਜਿਹੜਾ ਸਿਰ ਕਵਰ ਕਰਨਾ ਹੈ, ਤਾਂ ਜਿਹੜਾ ਆਪਣਾ ਥੱਲੇ ਬੇਸ ਬਣਿਆ ਹੋਇਆ ਉਹ ਦਿਖੇ ਨਾ। ਬੈਗ ਦਾ ਲੜ ਲਾਉਣਾ ਜਿਹੜਾ ਉਹ ਅੱਧਾ ਸੱਜੇ ਅੱਧਾ ਖੱਬੇ ਫੋਲਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ। ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦੀ ਹਾਂ। ਵੀਡੀਓ ਦੇਖ ਲਈ ਧੰਨਵਾਦ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।